ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ। ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ 2 ਸਖੇ ਭਰਾਵਾਂ ਤੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਕੇ ਚੋਰ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ, ਜਿਨ੍ਹਾਂ ਨੂੰ ਸ਼ਨੀਵਾਰ ਦੀ ਰਾਤ ਲੁਧਿਆਣਾ 'ਚ ਪੁਰਾਣੀ ਕਚਹਿਰੀ ਚੌਂਕ ਤੋਂ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਗਿਆ। ਸਬ ਇੰਸਪੈਕਟਰ ਸ਼ੀਸ਼ਪਾਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਗਰਾਉਂ ਦੇ ਪਿੰਡ ਰੋਮੀ ਦੇ ਰਹਿਣ ਵਾਲੇ ਦੋਨੋਂ ਭਰਾ ਚੋਰੀ ਦੇ ਮੋਟਰਸਾਈਕਲ ਸਮੇਤ ਇਲਾਕੇ ਤੋਂ ਗੁਜ਼ਰ ਰਹੇ ਹਨ, ਜਿਨ੍ਹਾਂ ਨੂੰ ਨਾਕੇਬੰਦੀ ਕਰਕੇ ਕਾਬੂ ਕੀਤਾ ਗਿਆ ਅਤੇ ਇਹਨਾਂ ਪਾਸੋਂ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ, ਜਿਸ ਨੂੰ ਲੈ ਕੇ ਦੋਸ਼ੀ ਕੋਈ ਵੀ ਸਬੂਤ ਪੇਸ਼ ਕਰਨ 'ਚ ਨਾਕਾਮ ਸਾਬਤ ਹੋਏ। ਪੁਲਿਸ ਨੇ ਕਿਹਾ ਕਿ ਦੋਨੋਂ ਆਰੋਪੀਆਂ ਕੋਲੋਂ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਸਿਆਮੀ ਇਨਫੋਰਮੇਸ਼ਨ ਮਿਲੀ ਵੀ ਦੋ ਲੜਕੇ ਹੈ ਜੋ ਕਿ ਚੋਰੀਆਂ ਕਰਨ ਦੇ ਆਦੀ ਹੈ, ਉਹਨਾਂ ਕੋਲ ਇਸ ਟਾਈਮ ਵੀ ਚੋਰੀ ਦਾ ਮੋਟਰਸਾਈਕਲ 'ਤੇ ਉਹ ਸਵਾਰ ਹੈ ਜੋ ਕਿ ਘੰਟਾ ਘਰ ਸਾਈਡ ਤੋਂ ਸੈਸ਼ਨ ਚੌਂਕ ਨੂੰ ਆ ਰਹੇ ਹੈ। ਜੇਕਰ ਮਤਲਬ ਸੈਸ਼ਨ ਚੌਂਕ ਜਿਹੜਾ ਪੁਰਾਣਾ ਕਚਹਿਰੀ ਹੈ ਲੱਕੜ ਵਾਲੇ ਪਾਸੇ, ਜੇਕਰ ਉੱਥੇ ਨਾਕਾਬੰਦੀ ਕੀਤੀ ਜਾਵੇ ਤਾਂ ਇਸ ਮੋਟਰਸਾਈਕਲ ਦੇ ਸਮੇਂ 'ਤੇ ਕਾਬੂ ਆ ਸਕਦੇ ਆ। ਇਸ ਦੇ ਆਧਾਰ 'ਤੇ ਨਾਕਾਬੰਦੀ ਕੀਤੀ ਗਈ ਤਾਂ ਦੋ ਮੋਨੇ ਨੌਜਵਾਨ ਮੁੱਲਾ ਫੈਸ਼ਨ ਜੋ ਕਿ ਸਕੇ ਭਰਾ ਰੋਮੀ ਪਿੰਡ ਦੇ ਰਹਿਣ ਵਾਲੇ ਅਤੇ ਜਿਹਦਾ ਬਣ ਗਿਆ ਅਤੇ ਦੂਜੇ ਭਰਾ ਦਾ ਨਾਂ ਸਿਕੰਦਰ ਸਿੰਘ ਹੈ, ਅਤੇ ਇਹਨਾਂ ਨੂੰ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਮੋਟਰਸਾਈਕਲ ਸੰਬੰਧੀ ਨਾ ਕੋਈ ਡਾਕੂਮੈਂਟ ਨਾ ਕੋਈ ਕਾਗਜ਼ਾਤ ਕੁਝ ਵੀ ਪੇਸ਼ ਨਹੀਂ ਕਰ ਸਕੇ ਅਤੇ ਇਹ ਮੋਟਰਸਾਈਕਲ ਜਿਹੜਾ ਅਸੀਂ ਕਬਜ਼ੇ 'ਚ ਲੈ ਕੇ ਅਗਲੀ ਤਫਤੀਸ਼ ਕਰ ਰਹੇ ਹਾਂ ਅਤੇ ਅੱਜ ਇਹਨਾਂ ਨੂੰ ਡਿਊਟੀ ਮੈਜਿਸਟਰੇਟ ਸਾਹਿਬ ਦੇ ਪੇਸ਼ ਕੀਤਾ ਜਾਊਗਾ ਜੋ ਵੀ ਤਫਤੀਸ਼ ਦੇ ਸਾਹਮਣੇ ਆ ਜਾਊਗਾ। ਹਾਂ, ਇਹ ਮਤਲਬ ਵੀ ਜਿਹੜਾ ਪੁੱਛਗਿੱਛ ਆਇਆ ਵੀ ਇਹ ਪਹਿਲਾਂ ਵੀ ਚੋਰੀਆਂ ਕਰਦੇ ਰਹੇ ਆ ਅਤੇ ਉਹ ਤਫਤੀਸ਼ 'ਚ ਉਹ ਵੀ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਜੋ ਵੀ ਸਾਹਮਣੇ ਆਊਗਾ। ਕਿਵੇਂ ਦਿੰਦੇ ਵਾਰਦਾਤ ਨੂੰ ਅੰਜਾਮ, ਕੁਛ ਦੱਸਿਆ ਉਹਨਾਂ ਨੇ ਕਿਵੇਂ ਚੋਰੀਆਂ ਕਰਦੇ? ਜਿੱਦਾਂ ਰੱਖਬਾਗ ਜਾਂ ਰੋਜ਼ ਗਾਰਡਨ ਜਾਂ ਹਸਪਤਾਲ ਵਗੈਰਾ ਬਾਹਰ ਮਤਲਬ ਆਮ ਵਹੀਕਲ ਲੱਗਦੇ ਆ ਜਿੱਥੇ ਭੀੜ ਭੜ ਕੇ, ਕਿਉਂ ਉੱਥੇ ਬੰਦੇ ਦੀ ਜਿਹੜੀ ਸ਼ਨਾਖਤ ਕਰਨੀ ਔਖੀ ਹੁੰਦੀ ਹੈ, ਨਾ ਇਹ ਪਤਾ ਲੱਗਦਾ ਵੀ ਇਹ ਇਹਦਾ ਹੀ ਆ ਜਾਂ ਇਹ ਚੁੱਪ ਚੁਪੀਤੇ ਚਾਬੀ ਲਾ ਕੇ ਇਹਨੂੰ ਵਾਰਦਾਤ ਉਹ ਤਫਤੀਸ਼ ਆ ਗਈ ਜੇ ਕੋਈ ਹੋਰ ਵੀ ਹੋਵੇ ਤੁਹਾਨੂੰ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।